ਨਮਸਕਾਰ ਦੋਸਤੋ, ਕੀ ਹਾਲ ਚਾਲ ਨੇ ਜੀ ਤੁਹਾਡੇ? ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ 'ਤੇ ਸਵਾਗਤ ਜੀ ਬਲੌਗਸ। ਤਾਂ ਜੀ ਵੈਦਰ ਗਾਣਾ ਆ ਗਿਆ ਜੀ ਆਪਣਾ, ਕਰਮਜੀਤ ਭਾਈ ਨੇ ਲਿਖਿਆ ਆ, ਕਰਮਜੀਤ ਪੁਰੀ ਭਾਈ ਨੇ, ਤਾਂ ਦਰਸ਼ਨਜੀਤ ਭਾਈ ਅਤੇ ਆਪਣੇ ਇਹਨੂੰ ਗਾ ਰਹੇ ਨੇ, ਤਾਂ ਗਾਣਾ ਸੁਣੋ ਤੁਸੀਂ। ਲਾਟ ਬਾਟ ਹੈ ਤੇਰੀ ਵੇ ਤੂੰ ਸੁਣਦਾ ਨਾ ਵੇ ਮੇਰੀ, ਇੱਥੇ ਮੌਸਮ ਵਧੀਆ ਏ ਵੇ ਆ ਜਾ ਜੱਟਾ ਛੇਤੀ, ਇੱਥੇ ਮੌਸਮ ਵਧੀਆ ਏ ਜੱਟਾ ਜਾਵੇ ਤੂੰ ਛੇਤੀ। ਹਾਂਜੀ ਦੋਸਤੋ, ਤਾਂ ਇਸ ਗਾਣੇ ਨੂੰ ਬਣਾਉਣ ਦਾ ਇੱਕੋ ਮਕਸਦ ਆ, ਕਹਿੰਦੇ ਮੋਹਾਲੀ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਆ, ਅਤੇ ਭਾਬੀ ਬੁਲਾ ਰਹੇ ਨੇ ਆਪਣੇ ਦਰਸ਼ਨਜੀਤ ਭਾਜੀ ਨੂੰ, ਅਤੇ ਭਾਜੀ ਕਹਿੰਦਾ ਆ ਕਿ ਕੀ ਲਾਟ ਡਾਟ ਆ ਤੇਰਾ ਮੇਰੇ ਨਾਲ ਨਹੀਂ, ਤੂੰ ਵੀ ਆਸ਼ਿਕ ਬਣ ਗਿਆ ਬਦਲਾ ਉਹਦਾ, ਜਾ ਕੇ ਸ਼ਹਿਰ ਉਹਦੇ ਪੈ ਜਾਂਦਾ ਆ, ਅਤੇ ਹੁਣ ਉਹ ਪਾਈ ਜਾਂਦੀ ਹੈ ਮੇਰੇ ਨਾਲ ਫੋਨ 'ਤੇ ਰੋਲਾ। ਤਾਂ ਇਸ ਚੈਨਲ 'ਤੇ ਜਿਹੜੇ ਨਵੇਂ ਆਏ ਨੇ, ਲਾਈਕ ਕਰਨ, ਸਬਸਕ੍ਰਾਈਬ ਕਰਨ ਅਤੇ ਬੈੱਲ ਆਈਕਨ ਨੂੰ ਔਨ ਕਰ ਲੈਣ, ਤਾਂ ਕਿ ਤੁਹਾਨੂੰ ਪਤਾ ਲੱਗ ਜਾਵੇ ਕਿ ਰਿਐਕਸ਼ਨ ਵੀਡੀਓ, ਰਿਵਿਊ ਵੀਡੀਓ ਐਂਡ ਈਵਨ ਬਹੁਤ ਕੁਛ ਆ ਰਿਹਾ ਇਸ ਚੈਨਲ 'ਤੇ ਤੁਹਾਡੇ ਲਈ ਖਾਸ ਤੋਂ ਖਾਸ ਚੀਜ਼ਾਂ। ਆਉਣ ਵਾਲੇ ਸਮੇਂ ਦੀ ਤਿਆਰੀ ਕਰ ਲਓ, ਇਹ ਚੈਨਲ ਨੂੰ ਆਪਾਂ ਮਿਲੀਅਨ ਤੱਕ ਲੈ ਜਾਣਾ ਆ, ਬੜੀ ਜੇ ਤੁਹਾਡਾ ਸਾਥ ਰਿਹਾ ਅਤੇ ਤਾਂ। ਅਤੇ ਗਾਣੇ ਦਾ ਤੁਸੀਂ ਆਪਣਾ ਬੋਲ ਵੀ ਸੁਣੋ, ਅਤੇ ਤੁਹਾਨੂੰ ਇਹਦਾ ਮਤਲਬ ਦੱਸ ਦਿਆ ਕਿ ਗਾਣੇ ਨੂੰ ਕੀ ਬਣਾਉਣ ਦਾ ਮਤਲਬ ਹੈਗਾ ਆ। ਸਨੈਪਚੈਟ ਨਾ ਇੰਸਟਾ ਤੇ ਤੂੰ ਕੀਤੀ ਸ਼ੇਅਰ ਸਟੋਰੀ ਵੇ, ਦਰਦਿਆਂ ਵਿਗੜਿਆ ਜੱਟਾ ਵੇ, ਤੇਰੇ ਨਾਲ ਕੀ ਲਾਟ ਹੈ ਜੱਟਾ ਆਸ਼ਿਕ ਬਣਦਾ ਤੇਰੀ। ਹਾਂ ਭੈਣੀ, ਹੋਰ ਹੈਗਾ ਨਾ ਦੇਖ ਲਾ। ਤਾਂ ਦੋਸਤੋ ਇਸ ਗਾਣੇ ਨੂੰ ਤੁਹਾਨੂੰ ਦੱਸਿਆ, ਪਹਿਲੇ ਗਾਣੇ ਤੁਹਾਨੂੰ ਸੱਚ ਦੱਸਿਆ ਕਾਹਤੋਂ ਬਣਾਇਆ ਕਾਹਤੋਂ ਨਹੀਂ, ਅਤੇ ਗਾਣੇ ਨੂੰ ਇਹੀ ਬਣਾਉਣ ਦਾ ਮਤਲਬ ਹੈਗਾ ਆ ਕਿ ਵੈਦਰ ਆ, ਬੱਦਲ ਵੀ ਆਸ਼ਿਕ ਬਣ ਗਿਆ ਭਾਬੀ ਦਾ, ਅਤੇ ਭਾਈ ਇਹੀ ਕਹਿ ਰਹੇ ਨੇ। ਧੰਨਵਾਦ ਜੀ।